ਹਿੰਦੂ ਵੈਲਫੇਅਰ ਕਮੇਟੀ ਦਾ ਪ੍ਰਧਾਨ, ਮੇਰੀ ਬੇਨਤੀ ਹੈ ਡੀਸੀ ਫਰੀਦਕੋਟ, ਐਸਐਸਪੀ ਫਰੀਦਕੋਟ ਤੇ ਖਾਸ ਤੌਰ ਤੇ ਡੀਜੀਪੀ ਕੈਪਟਨ ਮੁੱਖ ਮੰਤਰੀ ਪੰਜਾਬ ਨੂੰ ਕਿ ਅੱਜ ਜਿਹੜਾ ਜੰਮੂ ਕਸ਼ਮੀਰ ਤੋਂ ਕੋਟਕਪੁਰੇ ਸੇ ਆਇਆ, ਸੇ ਦੀਆਂ ਪੇਟੀਆਂ ਦੇ ਵਿੱਚ ਇਹ ਲਿਖਿਆ ਆਇਆ ਕਿ ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ, ਤੇ ਇਹੋ ਜਿਹੇ ਇੱਕ ਅੱਤਵਾਦੀ ਦਾ ਨਾਂ ਲਿਖਿਆ ਜਿਹੜਾ ਪਾਕਿਸਤਾਨੀ ਮੁੱਸਾ ਜਿਹੜਾ ਅਲਕਾਇਦਾ ਦਾ ਹੈ। ਤੇ ਮੈਂ ਬੇਨਤੀ ਕਰਦਾ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਫੌਰਨ ਪਰਚਾ ਦਰਜ ਕਰਕੇ ਤੇ ਇਨਵੈਸਟੀਗੇਸ਼ਨ ਕਰੇ, ਇਸੇ ਜੰਮੂ ਕਸ਼ਮੀਰ ਕਿੱਥੋਂ ਆਇਆ ਤੇ ਕਿਹੜੇ ਬੰਦਿਆਂ ਨੇ ਸਾਜਿਸ਼ ਰਚੀ ਹੈ ਜਿਹੜਾ ਸਾਡੀ ਅਮਨ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਆ। ਤੇ ਇਸ ਲਈ ਹਿੰਦੁਸਤਾਨ ਨਾ ਕਦੇ ਡਰਿਆ ਤੇ ਨਾ ਕਦੇ ਡਰੂਗਾ। ਮੈਂ ਪੂਰੇ ਕੋਟਕਪੁਰਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਸ਼ਾਂਤੀ ਦਾ ਮਾਹੌਲ ਰੱਖੋ, ਡਰੋ ਨਾ, ਕੋਈ ਵੀ ਇਹੋ ਜਿਹੀ ਗੱਲ ਨਹੀਂ। ਬੜੀ ਜਲਦ ਮੈਂ ਡੀਸੀ, ਐਸਐਸਪੀ, ਡੀਜੀਪੀ ਤੱਕ ਸਾਰਾ ਮੈਸੇਜ ਲਾਤਾ, ਬੜੀ ਜਲਦੀ ਜਿਹੜੀ ਹੈ ਕਾਰਵਾਈ ਹੋਊਗੀ। ਇਹੋ ਜਿਹੇ ਜਿਹੜੇ ਹੈ ਸੇ ਲਿਖੇ ਹੋਏ ਮਿਲ ਰਹੇ ਹੈ, ਇਹੋ ਜਿਹੀਆਂ ਕੋਝੀਆਂ ਚਾਲਾਂ ਤੋਂ, ਪਾਕਿਸਤਾਨ ਦੀਆਂ ਇਹੋ ਜਿਹੀਆਂ ਚਾਲਾਂ ਤੋਂ ਹਿੰਦੁਸਤਾਨ ਦੇ ਲੋਕ ਨਾਲ ਕਦੇ ਡਰੇ ਹੈ ਨਾ ਡਰਾਂਗੇ। ਸਾਡਾ ਦੇਸ਼ ਜਿੰਦਾਬਾਦ, ਹਿੰਦੁਸਤਾਨ ਜਿੰਦਾਬਾਦ। ਵਪਾਰੀ ਦੱਸਣਗੇ ਵੀ ਕਿਹੜੇ ਵਪਾਰੀ ਦਾ ਮਾਲ ਆਇਆ।